ਇਸ ਵਾਰੀ ਵੋਟ ਪਾਉਣ ਦਾ ਮਨ ਕਿਹੜੀ ਕਿਹੜੀ ਪਾਰਟੀ ਨੂੰ ਵੋਟ ਪਾਉਣ ਦਾ ਮਨ ਬਣਾਇਆ ਜੀ? ਕਿ ਆਪ ਪਾਰਟੀ ਨੂੰ ਕਾਮਯਾਬ ਕਰਾਂਗੇ ਸਰ। ਇਸ ਵਾਰੀ ਕਿਹਨੂੰ ਵੋਟ ਪਾ ਰਹੇ ਆ ਜੀ? ਝਾੜੂ ਵੋਟਾਂ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਜੀ। ਭਾਜੀ ਜਿਸ ਹਿਸਾਬ ਨਾਲ ਇਸ ਟਾਈਮ ਦੇਖਦੇ ਪਏ ਆ ਜੋ ਮਾਹੌਲ ਆ ਉਹ ਇਸ ਟਾਈਮ ਆਮ ਪਾਰਟੀ ਦਾ ਪ੍ਰੋਪਰ ਮਾਹੌਲ ਬਣਿਆ ਪਿਆ ਜੀ। ਭਾਜੀ ਕੀ ਨਾਮ ਆ ਜੀ ਤੁਹਾਡਾ? ਮੇਰਾ ਨਾਮ ਸਤਵਿੰਦਰ ਸਿੰਘ ਬਿੱਡੂ ਜੀ। ਇਹ ਕਿੱਥੇ ਦੇ ਰਹਿਣ ਵਾਲੇ ਜੀ? ਮੈਂ ਪਿੰਡ ਬਸੀ ਗੁਲਾਮ ਸਿੰਘ। ਜ਼ਿਲ੍ਹਾ ਹੁਸ਼ਿਆਰਪੁਰ ਜੀ? ਹਾਂਜੀ ਜ਼ਿਲ੍ਹਾ ਹੁਸ਼ਿਆਰਪੁਰ। ਠੀਕ ਹੈ, ਇਸ ਵਾਰੀ ਵੋਟ ਪਾਉਣ ਦਾ ਮਨ ਕਿਹੜੀ ਕਿਹੜੀ ਪਾਰਟੀ ਨੂੰ ਵੋਟ ਪਾਉਣ ਦਾ ਮਨ ਬਣਾਇਆ? ਕਿ ਆਪ ਪਾਰਟੀ ਨੂੰ ਕਾਮਯਾਬ ਕਰਾਂਗੇ ਸਰ। ਆਮ ਆਦਮੀ ਪਾਰਟੀ ਹੀ ਕਿਉਂ ਜਦਕਿ ਹੋਰ ਪਾਰਟੀਆਂ ਵੀ ਨਿਤਰੀਆਂ ਨੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਨੇ ਉਹਨਾਂ ਵੱਲੋਂ? ਇਸ ਵਾਰ ਤੀਸਰੇ ਬੰਦੇ ਨੂੰ ਮੌਕਾ ਦੇਵਾਂਗੇ ਜੀ। ਬਾਕੀ ਪਾਰਟੀਆਂ ਦਾ ਬਹੁਤ ਦੇਖ ਲਿਆ, ਬਾਕੀ ਜਿੰਪਾ ਜੀ ਇੱਕ ਸੂਝਵਾਨ ਤੇ ਅੱਛੇ ਇਨਸਾਨ ਨੇ, ਹਰੇਕ ਨਾਲ ਤੁਰਦੇ ਨੇ, ਅਸੀਂ ਉਹਨਾਂ ਦੀ ਸਪੋਰਟ 'ਚ ਹਾਂ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਗੁਰਸੇਵਕ ਸਿੰਘ ਜੀ। ਗੁਰਸੇਵਕ ਸਿੰਘ ਜੀ, ਵੋਟਾਂ ਨਜ਼ਦੀਕ ਆ ਰਹੀਆਂ, ਕਿਹਨੂੰ ਵੋਟ ਪਾਉਣਾ ਚਾਹੋਗੇ? ਵੋਟਾਂ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਜੀ। ਕੀ ਕਾਰਨ ਜੀ? ਕਾਰਨ ਆ ਕਿ ਜੀ ਜੋ ਵਾਅਦੇ ਸਰਦਾਰ ਸੁਖਬੀਰ ਸਿੰਘ ਕਰਦਾ ਗਾ ਉਹ ਪੂਰੇ ਕਰਦਾ ਗਾ ਜੀ। ਪਿਛਲੀ ਟਰਮ 'ਚ ਤੁਸੀਂ ਦੇਖ ਲਓ ਭਰਤੀ ਕੀਤੀ ਹੈ ਪੁਲਿਸ ਮੁਲਾਜ਼ਮਾਂ ਦੀ, ਪਟਵਾਰੀਆਂ ਦੀ, ਅਤੇ ਸਾਰੀ ਸ਼੍ਰੋਮਣੀ ਅਕਾਲੀ ਦਲ ਵੇਲੇ ਹੋਈ ਹੈ ਜੀ। ਅਤੇ ਕਾਂਗਰਸ ਦੀ ਪਿੱਛੇ ਸਰਕਾਰ 'ਚ ਕਿਹੋ ਜਿਹੀ ਰਹੀ ਸਰਕਾਰ? ਬਿਲਕੁਲ ਜੀ, ਕਿ ਬੇੜਾ ਗਰਕ ਕਰਤਾ ਕਾਂਗਰਸ ਨੇ, ਜੋ ਵਾਅਦੇ ਕੀਤੇ ਆ ਕੋਈ ਵਾਅਦਾ ਨਹੀਂ ਪੂਰਾ ਕੀਤਾ ਉਹਨਾਂ ਨੇ, ਸਿਰਫ ਲੋਲੀਪੋਪ ਦਿੱਤੇ ਆ ਜੀ ਲੋਕਾਂ ਨੂੰ। ਉਦੋਂ ਪਹਿਲਾਂ 10 ਸਾਲ ਅਕਾਲੀ ਦਲ ਦੀ ਸਰਕਾਰ ਹੈ, ਕੀ ਉਹਨਾਂ ਨੇ ਕੁਛ ਕੀਤਾ? ਹਾਂਜੀ, ਅਕਾਲੀ ਦਲ ਦੀ ਸਰਕਾਰ ਨੇ ਤੁਸੀਂ ਦੇਖ ਲਓ ਵੀ ਜੋਬ ਦੇ, ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਜੋਬ ਦੇ ਖੇਤਰ 'ਚ ਵੀ ਨੌਕਰੀਆਂ ਦਿੱਤੀਆਂ, ਡਿਵੈਲਪਮੈਂਟ ਦੇ ਵੱਡੀਆਂ ਸੜਕਾਂ ਬਣਾਤੀਆਂ, ਤੁਸੀਂ ਬਰਨਾਲੇ 'ਚ ਲਾ ਲਓ ਹੋਸਪਿਟਲ ਬਣਾਇਆ ਜੀ, ਕਚਹਿਰੀ ਕੰਪਲੈਕਸ ਬਣਾਇਆ, ਬੱਚਿਆਂ ਵਾਲਾ ਹਸਪਤਾਲ ਬਣਾਇਆ, ਘੜੂਆਂ ਰੋਡ 'ਤੇ ਯੂਨੀਵਰਸਿਟੀ ਬਣਾਈ ਆ, ਸੀਵਰੇਜ ਦੇ ਕੰਮ, ਪੁਲ, ਅਤੇ ਕੀ ਕੰਮ ਨਹੀਂ ਹੋਇਆ ਜੀ, ਕਾਲੇ ਸਟੇਡੀਅਮ ਬਣਾਇਆ ਜੀ, ਅਤੇ ਬਹੁਤ ਕੰਮ ਕੀਤੇ, ਜਿਹੜਾ ਵੀ ਕਿਹਾ ਜੀ ਉਹ ਕੀਤਾ ਉਹਨਾਂ ਨੇ। ਇਸ ਕਰਕੇ ਵੋਟ ਤੁਸੀਂ? ਹਾਂਜੀ, ਵਿਕਾਸ ਦੇ ਮੁੱਦੇ 'ਤੇ ਅਕਾਲੀ ਦਲ ਨੂੰ ਜੀ। ਵੋਟ ਮੇਰਾ ਨਾਮ ਮੇਜਰ ਸਿੰਘ ਆ ਜੀ। ਭਾਜੀ ਜਿਸ ਹਿਸਾਬ ਨਾਲ ਇਸ ਟਾਈਮ ਦੇਖਦੇ ਪਏ ਹਾਂ ਜੋ ਮਾਹੌਲ ਆ ਉਹ ਇਸ ਟਾਈਮ ਆਮ ਪਾਰਟੀ ਦਾ ਪ੍ਰੋਪਰ ਮਾਹੌਲ ਬਣਿਆ ਪਿਆ, ਬਹੁਤ ਹੀ ਲੋਕਾਂ ਕੋਲ ਜੋ ਸੁਣਨ ਨੂੰ ਮਿਲ ਰਿਹਾ ਉਹ ਐਤਕੀ ਕੇਜਰੀਵਾਲ ਦੀ ਸਰਕਾਰ ਨੂੰ ਚਾਹਦੇ ਪਏ ਆ ਅਤੇ ਬਣੇਗੀ ਵੀ ਐਤਕੀ ਕੇਜਰੀਵਾਲ ਸਰਕਾਰ। ਸਰ ਇੱਕੋ ਦੇਖੋ ਆਪਾਂ ਵੀ ਕਿੰਨਾ ਟਾਈਮ ਹੋ ਗਿਆ ਕਾਂਗਰਸ ਅਕਾਲੀ ਦੀ ਸਰਕਾਰ ਬਣਦੀ ਆ ਰਹੀ ਆ, ਇਹਦੇ 'ਚ ਕਰਪਸ਼ਨ ਬਹੁਤ ਆ। ਦੇਖੋ ਨਾ ਸਾਡੇ ਬੱਚਿਆਂ ਦਾ ਕੋਈ ਫਿਊਚਰ ਆ, ਲੋਕਡਾਊਨ ਚੱਲਦਾ ਪਿਆ, ਅੱਜ ਦੀ ਤਰੀਕ 'ਚ ਤੁਸੀਂ ਦੇਖਿਆ ਜਾਵੇ ਸਾਡੇ ਬੱਚੇ ਘਰ ਬੈਠੇ ਆ ਅਤੇ ਪ੍ਰਚਾਰ ਹੋ ਰਿਹਾ ਇਲੈਕਸ਼ਨ ਦਾ, ਇਹਦੇ ਦੇਖੋ ਵੀ ਸਾਡੇ ਬੱਚੇ ਜਿਹੜੇ ਔਨਲਾਈਨ ਕਲਾਸਾਂ ਨੂੰ ਆ ਰਹੇ ਆ, ਕਿ ਉਹਦੇ 'ਚ ਸਾਡੇ ਬੱਚਿਆਂ ਦਾ ਕੋਈ ਫਿਊਚਰ ਨਹੀਂ ਹੈਗਾ 2 ਸਾਲਾਂ ਤੋਂ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਸਾਡੀ ਜਿਹੜੀ ਸਰਕਾਰ ਉਹ ਆਮ ਪਾਰਟੀ ਬਣੇ, ਵੀ ਸਾਡੇ ਬੱਚਿਆਂ ਦਾ ਫਿਊਚਰ ਬਣੇ, ਜਿਹੜੇ ਬੱਚੇ ਸਾਡੇ ਬਾਹਰ ਜਾ ਰਹੇ ਆ ਉਹ ਸਾਨੂੰ ਇੱਥੇ ਰੋਜ਼ਗਾਰ ਮਿਲਿਆ ਜਾਵੇ ਅਤੇ ਸਾਡੇ ਬੱਚੇ ਇੱਥੇ ਹੀ ਰਹਿਣ, ਸਾਡੇ ਪਰਿਵਾਰਾਂ 'ਚ ਰਹਿਣ ਜੀ। ਭਾਜੀ ਬਿਲਕੁਲ, ਸਰ ਤੁਸੀਂ ਆਪਾਂ ਦੇਖ ਲਈਏ ਅੱਜ ਦੀ ਤਰੀਕ 'ਚ ਜੋ ਦਿੱਲੀ 'ਚ ਹੋਇਆ, ਦਿੱਲੀ 'ਚ ਸਕੂਲ ਬਹੁਤ ਹੀ ਵਧੀਆ, ਯਾਨੀ ਕਿ ਸਟੱਡੀ ਬਹੁਤ ਵਧੀਆ ਹੋ ਰਹੀ ਆ, ਆਪਣੇ ਪੰਜਾਬ ਦਾ ਮਾਹੌਲ ਅਤੇ ਦਿੱਲੀ ਦਾ ਮਾਹੌਲ ਤੁਸੀਂ ਆਪਾਂ ਆਪ ਦੇਖ ਸਕਦੇ ਹਾਂ ਵੀ ਕਿੰਨਾ ਡਿਫਰੈਂਟ ਆ ਜੀ। ਇਸ ਕਰਕੇ ਸਾਰਿਆਂ ਨੂੰ ਉਮੀਦ ਆ ਵੀ ਆਮ ਪਾਰਟੀ ਬਣੇਗੀ ਅਤੇ ਕੰਮ ਵੀ ਹੋਣਗੇ, ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਉਮੀਦ ਆ ਜੀ। ਧੰਨਵਾਦ। ਹਾਂਜੀ, ਕੀ ਨਾਮ ਹੈ ਜੀ ਆਪਣਾ? ਜੀਵਨ ਕੁਮਾਰ ਜੀ। ਜੀਵਨ ਕੁਮਾਰ ਜੀ, ਵੋਟਾਂ ਨਜ਼ਦੀਕ ਆ ਰਹੀਆਂ ਨੇ, ਹਰੇਕ ਕੈਂਡੀਡੇਟ ਤੁਹਾਨੂੰ ਲੁਭਾਉਣ ਆ ਰਿਹਾ, ਅਤੇ ਕਿਹਨੂੰ ਵੋਟ ਪਾਉਣੀ ਚਾਹੁੰਦੇ? ਦੇਖ ਰਹੇ ਹਾਂ ਕਿ ਬਦਲਾਅ ਚਾਹੁੰਦੇ ਹਾਂ ਜੀ ਅਸੀਂ, ਦੋਨੇ ਪਾਰਟੀਆਂ ਦੇਖ ਲਈਆਂ, ਸਾਨੂੰ ਦੇਖਦੇ ਨੂੰ 25-30 ਸਾਲ ਹੋ ਗਿਆ ਵੋਟ ਪਾਉਂਦਿਆਂ ਨੂੰ, ਐਤਕੀ ਐਂ ਲੈ ਵੀ ਨਵੀਂ ਸੋਚ ਨਾਲ ਕੇਜਰੀਵਾਲ ਸਾਹਿਬ ਕਹਿ ਰਹੇ ਲੈ ਵੀ ਸਾਨੂੰ ਇੱਕ ਮੌਕਾ ਦਿਓ, ਉਹਨਾਂ ਨੂੰ ਸਾਡਾ ਮਾਣ ਆ ਰਿਹਾ ਵੀ ਐਤਕੀ ਵੀ ਸਾਡੇ ਇੱਥੇ ਬਰਨਾਲੇ ਤੋਂ ਮੀਤੇਰ ਸਾਹਿਬ ਖੜ੍ਹੇ ਨੇ, ਉਹਨਾਂ ਨੂੰ ਮੌਕਾ ਦਿੱਤਾ ਦੇਣਾ ਚਾਹੀਦਾ ਸਾਨੂੰ, ਇੱਕ ਵਾਰੀ ਜ਼ਰੂਰ ਕੇਜਰੀਵਾਲ ਸਾਹਿਬ ਦਾ ਵੀ ਦੇਖਣਾ ਚਾਹੀਦਾ ਮੌਕਾ, ਲੋਕਾਂ ਨੇ ਸਾਰਾ ਕੁਝ ਦੇਖ ਲਿਆ, ਇੱਕ ਵਾਰੀ ਇਹਨਾਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ। ਸਾਡਾ ਮਨ ਤਾਂ ਇਹੀ ਹੈ ਲੈ ਵੀ ਐਤਕੀ ਮੀਤੇਰ ਨੂੰ ਇੱਥੋਂ ਜਿਤਾ ਕੇ ਭੇਜੀਏ, ਤਾਂ ਵਧੀਆ ਸ਼ਾਸਨ ਚੱਲੇ, ਲੋਕਾਂ ਨੂੰ ਸੁੱਖ ਸੁਵਿਧਾ ਮਿਲੇ, ਮਤਲਬ ਕਿ ਬੱਚਿਆਂ ਲਈ ਪੜ੍ਹਾਈ ਵਾਸਤੇ, ਭਵਿੱਖ ਵਾਸਤੇ, ਜਿਹੜੇ ਲੋਕ ਬਾਹਰ ਭੱਜੇ ਜਾਂਦੇ ਨੇ ਇੱਥੇ ਕੁਛ ਉਹਨਾਂ ਨੂੰ ਚਾਨਣ ਆਵੇ, ਅਤੇ ਇੱਥੇ ਰਿਹਾ ਜਾਵੇ ਬੱਚੇ ਜਿਹੜੇ ਆਪਣੇ ਮਾਂ ਬਾਪ ਤੋਂ ਵਾਂਝੇ ਰਹਿ ਜਾਂਦੇ ਨੇ, ਉਹ ਬਾਹਰ ਚਲੇ ਜਾਂਦੇ, ਨਾ ਬਾਪ ਮਾਂ ਬਾਪ ਦਾ ਮੋਹ ਰਹਿੰਦਾ ਉਹ ਬੱਚਿਆਂ ਨੂੰ, ਅਤੇ ਨਾ ਉਹ ਇੱਥੇ ਆਪਣੀ ਫੈਮਿਲੀ ਨਾਲ ਉਹਨਾਂ ਨੂੰ ਪਿਆਰ ਰਹਿੰਦਾ। ਜਦੋਂ 5-4 ਸਾਲ ਬਾਅਦ ਜਦੋਂ ਬੱਚਾ ਆਉਂਦਾ ਉਹਨੂੰ ਲਗਾ ਹੀ ਨਹੀਂ ਹੁੰਦਾ ਕੌਣ ਆਪਣਾ ਭਾਈ ਆ ਕੌਣ ਭਾਈ,
ਭੈਣ ਹੈ, ਕੋਈ ਕੌਣ ਤਾਇਆ ਚਾਚਾ ਹੈ, ਮਤਲਬ ਕਿ ਇਸ ਕਰਕੇ ਜਿਹੜੀ ਇਸ ਕਰਕੇ ਅਸੀਂ ਐਂ ਚਾਹੁੰਦੇ ਹਾਂ ਵੀ ਇਹ ਨਵੀਂ ਤਰ੍ਹਾਂ ਦੀ ਪਾਰਟੀ ਆਊਗੀ ਉਹਦੇ ਨਾਲ ਕੋਈ ਚੇਂਜ ਆਊ ਤਾਂ ਬੱਚੇ ਜਿਹੜੇ ਇੱਥੇ ਰਹਿਣਗੇ ਸਾਡਾ ਹਿੰਦੁਸਤਾਨ ਦੇ ਬੱਚੇ ਇੱਥੇ ਰਹਿਣਗੇ, ਉਹਨਾਂ ਧਰਤੀ ਨਾਲ ਪਿਆਰ ਹੋਵੇ ਤਾਂ ਬਾਹਰ ਜਾ ਕੇ ਉਹ ਬੱਚੇ ਭੁੱਲ ਜਾਂਦੇ ਨੇ, ਮੋਹ ਮੁਹੱਬਤ ਉਹਨਾਂ ਨੂੰ ਨਿਕਲਦੇ ਨੇ, ਉੱਥੇ ਰਹਿ ਪੈਂਦੇ ਨੇ ਬੱਚੇ, ਮਾਂ ਪਿਓ ਵਿਚਾਰੇ ਇੱਥੇ ਰੁਲਦੇ ਰਹਿੰਦੇ ਨੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਕੇਜਰੀਵਾਲ ਦੀ ਸਰਕਾਰ ਆਵੇ ਤਾਂ ਵਧੀਆ ਬੱਚਿਆਂ ਦੇ ਭਵਿੱਖ ਵਾਸਤੇ ਇੱਥੇ ਨੌਕਰੀ ਵਿੱਦਿਆ ਦੇ ਵਾਸਤੇ ਇੱਥੇ ਰਹਿਣ ਬੱਚੇ, ਸਾਡੀ ਸੋਚ ਤਾਂ ਇਹ ਹੈ। ਕੀ ਨਾਮ ਆ ਜੀ ਆਪਣਾ? ਰਾਕੇਸ਼। ਰਾਕੇਸ਼ ਜੀ, ਕਿਹਨੂੰ ਵੋਟ ਪਾਉਣ ਦਾ ਮਨ ਬਣਾਇਆ ਜੀ ਇਸ ਵਾਰੀ? ਝਾੜੂ। ਝਾੜੂ ਹੀ ਕਿਉਂ? ਹੋਰ ਬਹੁਤ ਪਾਰਟੀਆਂ ਹੈਗੀਆਂ, ਬੜੇ ਬੜੇ ਵਾਅਦੇ ਕਰ ਰਹੀਆਂ ਇਸ ਵਾਰੀ। ਭਾਜੀ ਸਾਰੀ ਪਾਰਟੀਆਂ ਤੋਂ ਦੇਖ ਲਿੱਤੀ, ਪੰਜਾਬੀ ਦੇਖੇ, ਕਮਲ ਵੀ ਦੇਖੇ, ਆਪਣੀ ਝਾੜੂ ਕਾ ਹੀ ਵੋਟ ਪਾਉਂਦੀ। ਤੁਹਾਡੀ ਵੋਟ ਇੱਥੇ ਬਣੇ ਆ? ਹਾਂਜੀ, ਹੁਸ਼ਿਆਰਪੁਰ ਸ਼ਹਿਰ ਮੇ। ਹਾਂਜੀ, ਠੀਕ ਹੈ ਜੀ। ਕੀ ਨਾਮ ਭਾਜੀ ਆਪਣਾ? ਸੁਰਜੀਤ ਸਿੰਘ। ਇਸ ਵਾਰੀ ਕਿਹੜੀ ਪਾਰਟੀ ਨੂੰ ਵੋਟ ਪਾਉਣ ਦਾ ਮਨ ਬਣਾਇਆ ਜੀ? ਸਰ ਜੀ ਆਪ ਨੂੰ। ਆਪ ਹੀ ਕਿਉਂ ਜੀ? ਬੰਦੇ ਵਧੀਆ ਜੀ, ਦਿੱਲੀ ਦਾ ਵੀ ਦੇਖਿਆ ਕਿ ਸਭ ਤੋਂ ਰਿਸ਼ਤੇਦਾਰ ਵੀ ਉੱਧਰ। ਚੰਨੀ ਸਾਹਿਬ ਕਹਿ ਰਹੇ ਆ ਕਿ ਅਸੀਂ ਸੁਧਾਰ ਕਰਾਂਗੇ ਮਹਿਲਾਵਾਂ ਦੇ ਲਈ, ਸਿੱਖਿਆ ਰੁਜ਼ਗਾਰ ਦੇ ਮੌਕੇ ਪੈਦਾ ਕਰਾਂਗੇ, ਆਪ ਹੀ ਕਿਉਂ? ਇਹਨਾਂ ਨੇ ਅੱਜ ਤੱਕ ਤਾਂ ਕੀਤਾ ਨਹੀਂ 70-72 ਦਾ। ਆਹ ਹੁਣ ਕਵਲੇ ਜਿਹੀ ਆ ਬਾਈ, ਆਹ ਫੜ ਹੋ ਗਈ ਜਿਹਨਾਂ ਦੀ ਵੇ ਕਿੰਨੇ ਦੀ, ਅੱਜ ਤੇ ਜਵਾਬ ਕਿੰਨਾ ਇਹਦੇ ਭਾਂਡੇ ਭੂੰਡੇ ਵਗੈਰਾ ਪੂਰਾ ਬੜਿਆ, ਇਹਦੇ ਕੀ ਕਰਨਾ, ਇਹਦਾ ਕੁਛ ਨਹੀਂ ਕਰਨਾ। ਇਹ ਬੰਦਾ ਇਮਾਨਦਾਰ ਆ, ਕੇਜਰੀਵਾਲ ਵੀ ਇਮਾਨਦਾਰ ਆ, ਪੰਜਾਬ 'ਚ ਉੱਤੇ ਦਿੱਲੀ 'ਚ ਵੀ ਇਹਨੇ ਇਮਾਨਦਾਰੀ, ਭਗਵੰਤ ਮਾਨ ਸਾਹਿਬ ਵੀ ਵਧੀਆ ਬੰਦੇ ਆ, ਕਿਹੜੇ ਮੁੱਦੇ ਜਿਹੜੇ ਹੱਲ ਹੋ ਸਕਦੇ ਆ ਪਾਰਟੀਆਂ ਨਾਲ? ਇਹੀ ਮੁੱਦੇ ਆ, ਬਿਜਲੀ ਦੇ ਮੁੱਦੇ ਹੈਗੇ ਆ, ਸੜਕਾਂ ਸੁੜਕਾਂ ਖਰਾਬ ਹੋਈਆਂ, ਸਕੂਲ ਇੱਥੇ ਮਤਲਬ ਕੋਈ ਗੌਰਮੈਂਟ ਦਾ ਹੈ ਨਹੀਂ ਬੰਦੋਬਸਤ, ਕੋਈ ਇਸ਼ੂ ਨਹੀਂ ਹੈਗਾ, ਫੀਸਾਂ ਜ਼ਿਆਦਾ ਹੈਗੀਆਂ, ਇਸ ਕਰਕੇ ਅਸੀਂ ਇਹਨੂੰ ਵੋਟ ਪਾ ਰਹੇ ਹਾਂ ਕਿ ਸਾਡਾ ਮਤਲਬ ਇਹ ਕਰੂਗੇ ਸੁਧਾਰ ਦੀ ਉਮੀਦ ਲੈ ਕੇ। ਸੁਧਾਰ ਦੀ ਉਮੀਦ। T5 ਚੈਨਲ ਪੰਜਾਬੀ ਪੂਰੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ? ਕਿਵੇਂ ਬਣਦੀ ਹੈ ਵਸੀਅਤ? ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com ਕਾਨੂੰਨ ਜਾਇਦਾਦ ਦਾ।